ਅਸੀਂ ਇਸ ਵੇਲੇ ਸਿਵਲ ਲਾਈਨ ਪੁਲਿਸ ਥਾਣੇ ਦੇ ਵਿੱਚ ਆ ਤੁਹਾਨੂੰ ਇੱਕ अनोख्या ਤਸਵੀਰਾਂ ਦਿਖਾ ਦਿਆਂ ਕਿ ਛੋਟੇ-ਛੋਟੇ ਬੱਚੇ ਨੇ ਜਿਨ੍ਹਾਂ ਨੇ ਪੁਲਿਸ ਥਾਣੇ ਦੇ ਵਿਜ਼ਿਟ ਕੀਤਾ ਹੈ ਖੁਦ ਟੀਚਰ ਨੇ ਇਹਨਾਂ ਬੱਚਿਆਂ ਨੂੰ ਲੈ ਕੇ ਆਏ ਨੇ ਔਰ ਪੁਲਿਸਿੰਗ ਨੂੰ ਜਾਣਨ ਦੀ ਕੋਸ਼ਿਸ਼ ਇਹ ਨੰਨੇ-ਮੁੰਨੇ ਬੱਚੇ ਕਰ ਰਹੇ ਨੇ ਕਿਉਂਕਿ ਹਰ ਕਿਸੇ ਬੱਚੇ ਦੇ ਮਨ ਦੇ ਵਿੱਚ ਸਵਾਲ ਹੁੰਦਾ ਹੈ ਕਿ ਪੁਲਿਸ ਕੀ ਹੁੰਦੀ ਹੈ ਕਿਸ ਤਰ੍ਹਾਂ ਪੁਲਿਸ ਕੰਮ ਕਰਦੀ ਹੈ ਔਰ ਹਾਲਾਂਕਿ ਬੱਚੇ ਬੜੇ ਮਾਸੂਮ ਨੇ ਛੋਟੇ-ਛੋਟੇ ਬੱਚੇ ਨੇ ਔਰ ਨਿੱਜੀ ਸਕੂਲ ਦੇ ਬੱਚਿਆਂ ਨੇ ਪੁਲਿਸ ਥਾਣੇ ਦੇ ਅੰਦਰ ਵਿਜ਼ਿਟ ਕੀਤਾ ਇਹਨਾਂ ਦੇ ਟੀਚਰ ਨੇ ਉਹ ਇੱਥੇ ਲੈ ਕੇ ਆਏ ਨੇ ਔਰ ਨਵੇਂ-ਨਵੇਂ ਬੱਚਿਆਂ ਦੇ ਸਵਾਲ ਨੇ ਕੁਝ ਬੱਚਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਕੋਈ ਬੱਚਾ ਦੱਸੇਗਾ ਕਿੱਥੇ ਆਏ ਹੋ ਕਿਸ ਜਗ੍ਹਾ ਵਿਜ਼ਿਟ ਕੀਤੀ ਆਪਨੇ ਕਹਾਂ ਪੇ ਖੜੇ ਹੋ ਆਪ ਪੁਲਿਸ ਸਟੇਸ਼ਨ ਕੀ ਕੁਝ ਦੇਖਾ ਆਪਨੇ ਯਹਾਂ ਪੇ ਅੱਜ ਪੁਲਿਸ ਥਾਣੇ ਆਏ ਹੋ ਆਪ ਕੈਦੀ ਹੂੰ ਔਰ ਪੁਲਿਸ ਅੰਕਲ ਕੋ ਮਿਲੇ ਯੈਸ ਹੂੰ ਪਹਿਲੇ ਪਹਿਲੇ ਆ ਪੁਲਿਸ ਸਥਾਨਿਆਏ ਕੋ ਕਬੀ ਦੇਖਿਆ ਪੁਲਿਸ ਸਥਾਨਾ ਬਾਹਰ ਸੇ ਜਾਂ ਫਿਲਮੋ ਮੇਂ ਦੇਖਤੇ ਹੋ ਟੀਵੀ ਮੇਂ ਦੇਖਤੇ ਹੋ ਮੈਨੇ ਦੇਖੋ ਆਤਾ ਹਮਮ ਮੈਨੇ ਟੀਵੀ ਤੇ ਵੀ ਪੇ ਦੇਖਿਆ ਅੱਜ ਕਿਆ ਦੇਖਿਆ ਪੁਲਿਸ ਅੰਕਲ ਕੋ ਮਿਲੇ ਆਪ ਯੇਸ ਵੋਨ ਕੋਨ ਮੇਲਾ ਪੁਲਿਸ ਅੰਕਲ ਕੋ ਕੌਨ ਮਿਲੇ ਕਿਸਨੇ ਬਾਤ ਕੀਆ ਛੋਟੇ ਛੋਟੇ ਬੱਚੇ ਨੇ ਔਰ ਕਿਤਨੇ ਕਿਤੇ ਕਾਫੀ ਸਵਾਲ ਇਨਾ ਬੱਚਾ ਦੇ ਔਰ ਉਹਨਾਂ ਸਵਾਲਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਬੱਚਾ ਕੀ ਦੇਖਿਆ ਤੁਸੀਂ ਆਏ ਹੋ ਪੁਲਿਸ ਥਾਣੇ ਪੁਲਿਸ ਅੰਕਲ ਕੋ ਮਿਲੇ ਆਪ ਕਿਆ ਦੇਖਿਆ ਕੁਈ ਬੋਲੇਗਾ ਬੱਚਾ ਮੈਮ ਕਿਵੇਂ ਮੰਦੇ ਵਿੱਚ ਆਇਆ ਕਿ ਬੱਚਿਆਂ ਨੂੰ ਸਕੂਲ ਵਿਜ਼ਿਟ ਸਕੂਲ ਦੀ ਜਗ੍ਹਾ ਤੇ ਪੁਲਿਸ ਆਨੇ ਵਿਜ਼ਿਟ ਕੀਤਾ ਜਿਵੇਂ ਪੁਲਿਸ ਦੇ ਨਾਲ ਜਾਣ ਪਛਾਨ ਬਚਨ ਦੀ ਐਕਚੁਅਲੀ ਸਰ ਅਸੀਂ ਹਰ ਸਾਲ ਹੀ ਬੱਚਾ ਨੂੰ ਵਿਜ਼ਿਟ ਕਰਵਾਨਾ ਕਿਉਂਕਿ ਬੱਚੇ ਮੂਵੀਜ਼ 'ਚ ਤਾਂ ਦੇਖਦੇ ਆ ਹਰ ਚੀਜ਼ ਤਾਂ ਸਾਡਾ ਇੱਕ ਟੌਪਿਕ ਸੀਗਾ ਨੇਬਰਹੂਡ ਤਾਂ ਨੇਬਰਹੂਡ ਮਤਲਬ ਫਿਰ ਉਹਨਾਂ ਨੂੰ ਤਾਂ ਹੀ ਅਸੀਂ ਪ੍ਰੈਕਟੀਕਲੀ ਦਿਖਾ ਸਕਦੇ ਆ ਬੋਲਣ ਨੂੰ ਤਾਂ ਸਾਰੇ ਸਿਖਾ ਦਿੰਦੇ ਆ ਬਟ ਮੇਨ ਚੀਜ਼ ਇਹ ਹੈ ਕਿ ਜਦੋਂ ਅਸੀਂ ਬਾਹਰ ਲੈ ਕੇ ਜਾ ਕੇ ਬੱਚੇ ਨੂੰ ਮੇਨ ਉਸ ਚੀਜ਼ ਬਾਰੇ ਦੱਸਦੇ ਆ ਕਿ ਥਿਸ ਇਜ਼ ਦ ਮੀਨਿੰਗ ਆਫ ਨੇਬਰਹੂਡ ਕਿ ਜੋ ਵੀ ਸਾਡੇ ਆਸ-ਪਾਸ ਦੀ ਜਗ੍ਹਾ ਹੈ ਉਹਦੇ ਵਿੱਚ ਪੁਲਿਸ ਸਟੇਸ਼ਨ ਵੀ ਇਨਕਲੂਡਡ ਹੈ ਤਾਂ ਅਸੀਂ ਇਹਨਾਂ ਨੂੰ ਲੈ ਕੇ ਆਏ ਪਹਿਲਾਂ ਕਦੀ ਦਿਖਾਇਆ ਨਹੀਂ ਸੀਗਾ ਤਾਂ ਤਾਂ ਹੀ ਬੱਚੇ ਵੀ ਬਹੁਤ ਐਕਸਾਈਟਡ ਸੀਗੇ ਪੁਲਿਸ ਸਟੇਸ਼ਨ ਦੇਖਣ ਵਾਸਤੇ ਤਾਂ ਹੁਣ ਇਸ ਤੋਂ ਬਾਅਦ ਅਸੀਂ ਹੋਰ ਵੀ ਜਗ੍ਹਾ ਦਿਖਾਵਾਂਗੇ ਜਿਹੜੇ ਕਿ ਇਹਨਾਂ ਨੂੰ ਨੋਨ ਹੋ ਜਾਣਗੇ ਕਿ ðiis are the places in a neighborhood ਲੱਗਦਾ ਬੱਚਿਆਂ ਦਾ ਡਰ ਕਿੰਨੇ ਦੇਖ ਖਤਮ ਹੋ ਗਿਆ ਕਈ ਬੱਚੇ ਪੁਲਿਸ ਨੂੰ ਵਧੀਆ ਨਹੀਂ ਸਮਝਦੇ ਸੀ ਡਰਦੇ ਸੀ ਪੁਲਿਸ ਤੋਂ ਲੱਗਦਾ ਹੈ ਫ੍ਰੈਂਡਲੀ ਹੋਣੀ ਹੈ ਪੁਲਿਸ ਦੇ ਨਾਲ ਨਹੀਂ ਉਹ ਸਰ ਜਿਵੇਂ ਮਿਲੇ ਨਾ ਜਿਵੇਂ ਜਿਵੇਂ ਸਰ ਫ੍ਰੈਂਡਲੀ ਨੇਚਰ ਚ ਮਿਲੇ ਤਾਂ ਇੱਕ ਥਿੰਕਿੰਗ ਜਿਵੇਂ ਹੈਗੀ ਹੈ ਆਬਵੀਅਸਲੀ ਬਾਕੀ ਨਾਰਮਲ ਜਿਹੜਾ ਹੈਗੇ ਨਾ ਸੋਸ਼ਲ ਵੀ ਆਪਾਂ ਦੇਖੇ ਗੈਦਰਿੰਗ ਤਾਂ ਉਹਦੇ ਵਿੱਚ ਪੁਲਿਸ ਦਾ ਨਾਮ ਆਉਂਦੇ ਲੋਕ ਡਰ ਜਾਂਦੇ ਆ ਤੇ ਸੇਮ ਐਜ਼ ਇਟ ਇਜ਼ ਜਿਵੇਂ ਲੋਕ ਡਰਦੇ ਬੱਚੇ ਵੀ ਡਰਦੇ ਸੀ ਦੇਖ ਰਿਹਾ ਨਾ ਦੇ ਫੇਸਿਸ ਤਾਂ ਉਹਨਾਂ ਨੂੰ ਘਰੇ ਜਾ ਕੇ ਇਹਨਾਂ ਦਾ ਦਿਲ ਚੋਂ ਦਿਮਾਗ ਚੋਂ ਡਰ ਨਿਕਲ ਚੁੱਕਿਆਗਾ ਤਾਂ ਆਈ ਹੋਪ ਕਿ ਇਹਨਾਂ ਵਾਸਤੇ ਇਹ ਵਿਜ਼ਿਟ ਇਟ ਵਿਲ ਬੀ ਅ ਪੋਜ਼ਿਟਿਵ ਪੁਆਇੰਟ ਬਿਲਕੁਲ ਟੀਚਰ ਨੇ ਕਿਤਨੇ ਕਿਤੇ ਕਹਿ ਰਹੇ ਨੇ ਕਿ ਬੱਚਿਆਂ ਦੇ ਮਨ ਦੇ ਵਿੱਚ ਕਈ ਵਾਰ ਡਰ ਹੁੰਦਾ ਪੁਲਿਸ ਨੂੰ ਲੈ ਕੇ ਔਰ ਪੁਲਿਸ ਦੇ ਨਾਲ ਬੱਚਾ ਸਮਝ ਸਕਣ ਪੁਲਿਸ ਨੂੰ ਕਿ ਪੁਲਿਸ ਕਿਸ ਤਰ੍ਹਾਂ ਕੰਮ ਕਰਦੀ ਹੈ ਭਾਜੀ ਪੁਲਿਸ ਸਾਹਨੇ ਪਹੁੰਚੇ ਬੱਚੇ ਮੇਰੇ ਖਿਆਲ ਚ ਪਹਿਲੀ ਵਾਰ ਹੋਇਆਗਾ ਬੱਚੇ ਆਕੇ ਤੁਹਾਡਾ ਇੰਟਰੋਡਿਊਸ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਬਿਲਕੁਲ ਮੈਨੂੰ ਲੱਗਿਆ ਨਹੀਂ ਬੜਾ ਵਧੀਆ ਲੱਗ ਰਿਹਾ ਹੈ ਬ ਚਲੋ ਇਹਨਾਂ ਦੇ ਮਨਾਂ ਦੇ ਵਿੱਚ ਪੁਲਿਸ ਵਾਸਤੇ ਜੇ ਕੋਈ ਅੱਛਾ ਵਿਚਾਰ ਆਊਗਾ ਤਾਂ ਪੋਜ਼ਿਟਿਵ ਹੀ ਹੈ ਜੀ ਅਸੀਂ ਤਾਂ ਪਹਿਨਾਂ ਨੂੰ ਇਹ ਚੀਜ਼ ਦਿਖਾ ਰਹੇ ਹਾਂ ਵੀ ਪੁਲਿਸ ਜਿਹੜੀ ਤੁਹਾਡੀ ਹੈਲਪ ਵਾਸਤੇ ਹੀ ਹੈ ਬਿਲਕੁਲ ਕਦੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਪੁਲਿਸ ਆਪਣਾ ਫਰਜ਼ ਨਿਭਾਉਣ ਦੇ ਵਿੱਚ ਕਦੇ ਪਿੱਛੇ ਨਹੀਂ ਹਟਦੀ ਲੱਗਦਾ ਬੱਚੇ ਵੱਡੇ ਛੋਟੇ ਨੇ ਕਾਫੀ ਸਵਾਲ ਬੱਚਿਆਂ ਦੇ ਮਨ ਦੇ ਵਿੱਚ ਜਹਿਨ ਚ ਹੁੰਦੇ ਨੇ ਕੋਈ ਪੁਲਿਸ ਨੂੰ ਨੈਗੇਟਿਵ ਨਜ਼ਰ ਨਾਲ ਦੇਖਦੇ ਨੇ ਕੋਈ ਡਰਦੇ ਨੇ ਲੱਗਦਾ ਵੀ ਬੱਚਿਆਂ ਦੇ ਨਜ਼ਰ ਦੇ ਵਿੱਚ ਪੁਲਿਸ ਦੀ ਸਾਖ ਹੜੀ ਵਧ ਜਾਈਗੀ ਨਹੀਂ ਪੁਲਿਸ ਦੀ ਸਾਖ ਆਲਰੇਡੀ ਹੈ ਵਧੀਆ ਹੈ ਲੇਕਿਨ ਦੇਖੋ ਅੱਜਕੱਲ੍ਹ ਮੀਡੀਆ ਦਾ ਜਮਾਨਾ ਸੋਸ਼ਲ ਮੀਡੀਆ ਦੇ ਵਿੱਚ ਪਿਕਚਰਾਂ ਦੇ ਵਿੱਚ ਪੁਲਿਸ ਦਾ ਅਕਸ ਕਾਫੀ ਗਲਤ ਦਿਖਾਇਆ ਜਾਂਦਾ ਉਹਦੇ ਨਾਲ ਬੱਚਿਆਂ ਦੇ ਮਨਾਂ ਦੇ ਵਿੱਚ ਬਹੁਤ ਕਾਫੀ ਇਹਨਾਂ ਪੁਲਿਸ ਦੇ ਬਿਰਤ ਪ੍ਰਤੀ ਜਿਹੜੀ ਨੈਗੇਟਿਵਿਟੀ ਬਣੀ ਹੋਈ ਹੈ ਆਮ ਲੋਕਾਂ ਦੇ ਵਿੱਚ ਵੀ ਇਹੀ ਭਾਵਨਾ ਵੀ ਪੁਲਿਸ ਅਕਸਰ ਹੀ ਇਦਾਂ ਦਾ ਕਰਦੀ ਹੈ ਬਟ ਨਹੀਂ ਹੈ ਪਰ ਪੁਲਿਸ ਜੋ ਇਹ ਮੇਰੇ ਖਿਆਲ ਵਿੱਚ ਸਭ ਤੋਂ ਪਹਿਲਾਂ ਪੁਲਿਸ ਪਹੁੰਚਦੀ ਹੈ ਕੋਈ ਇਨਸੀਡੈਂਟ ਕਿਸੇ ਨਾਲ ਕੋਈ ਘਟਨਾ ਵਾਪਰ ਜਾਂਦੀ ਹੈ ਮੈਂ ਰੱਬ ਤੋਂ ਬਾਅਦ ਦੁਆਰੇ ਦੂਜੇ ਮੈਂ ਪੁਲਿਸ ਨੂੰ ਯਾਦ ਕਰਦਾ ਬੰਦਾ ਹੈ ਬੇਸ਼ੱਕ ਬੱਚੇ ਛੋਟੇ ਨੇ ਪਰ ਸਵਾਲ ਕਿਸ ਤਰ੍ਹਾਂ ਦੇ ਕਰ ਰਹੇ ਨੇ ਉਹ ਤੋਂ ਫਰਸਟ ਇੰਟਰਸ ਹੋਇਆ ਹੈ ਕਿਸ ਤਰ੍ਹਾਂ ਸਵਾਲ ਦੀ ਜੀਤ ਕਰ ਰਹੇ ਤੁਹਾਡੇ ਨਾਲ ਇਹ ਕਰ ਰਹੇ ਹੈ ਜੀ ਵੀ ਤੁਹਾਡਾ ਵਰਕ ਕਿੱਦਾਂ ਹੈ ਕਿੱਦਾਂ ਤੁਸੀਂ ਮਤਲਬ ਪਬਲਿਕ ਨੂੰ ਹੈਂਡਲ ਕਰਦੇ ਹੋ ਛੋਟੇ ਛੋਟੇ ਬੱਚੇ ਆ ਪਰ ਤੇਜ਼ ਨੇ ਹਰ ਇੱਕ ਚੀਜ਼ ਨੂੰ ਜਾਣਦੇ ਆ ਤੇ ਨਹੀਂ ਇਹਨਾਂ ਦੇ ਸਵਾਲ ਜੋ ਕਰ ਰਹੇ ਉਹਨੂੰ ਜਵਾਬ ਦੇ ਰਹੇ ਆ ਜੋ ਵੀ ਪੁੱਛਦੇ ਆ ਕਿ ਅੰਕਲ ਕਿੱਦਾਂ ਕਰਦੇ ਹੋ ਕਿੱਦਾਂ ਪੜ੍ਹਦੇ ਹੋ ਕੀ ਕਰਨਾ ਚਾਹੀਦਾ ਹੈ ਛੋਟੇ ਆ ਪਰ ਸਮਵੇਧ ਬਿਲਕੁਲ ਇੱਕ ਵਧੀਆ ਮਾਹੌਲ ਜਰੂਰ ਹੈ ਕਿਉਂਕਿ ਬੱਚਿਆਂ ਦੇ ਮਨ 'ਚ ਕਾਫੀ ਸਵਾਲ ਸੀ ਔਰ ਬੱਚਿਆਂ ਨੇ ਪੁਲਿਸ ਸਥਾਨੇ ਅੰਦਰ ਵਿਜ਼ਿਟ ਕੀਤਾ ਹੈ ਛੋਟੇ-ਛੋਟੇ ਬੱਚੇ ਨੇ ਔਰ ਛੋਟੇ-ਛੋਟੇ ਇਹਨਾਂ ਦੇ ਸਵਾਲ ਨੇ ਹਾਲਾਂਕਿ ਪੁਲਿਸ ਨੇ ਪੂਰੇ ਦਾ ਪੂਰਾ ਪੁਲਿਸ ਸਥਾਨਾ ਗੇੜਾ ਘੁਮਾਇਆ ਹੈ ਨਾ ਬੱਚਿਆਂ ਨੂੰ ਦਿਖਾਇਆ ਹੈ ਔਰ ਕਿਤੇ ਨਾ ਕਿਤੇ ਜਾ ਕੇ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪੁਲਿਸ ਕਿਸ ਤਰ੍ਹਾਂ ਲੋਕਾਂ ਦੇ ਲਈ ਕੰਮ ਕਰਦੀ ਹੈ ਪੁਲਿਸ ਚੰਗੀ ਹੁੰਦੀ ਹੈ ਪੁਲਿਸ ਦੇ ਨੂੰ ਲੈ ਕੇ ਬੱਚਿਆਂ ਦਾ ਕਿ ਡਰ ਹੈ ਉਹ ਡਰ ਦੂਰ ਕਰਨ ਦੀ ਕੋਸ਼ਿਸ਼ ਨਿੱਜੀ ਸਕੂਲ ਬਨਿਓ ਕੀਤੀ ਗਈ ਹੈ ਮਠੰਡਾ ਤੋਂ ਸੂਰਜਪ